हाँ जी, सत श्री अकाल दोस्तों। मेरा नाम सुमित खन्ना है। एक बार फिर ओम ग्लोबल दे इंडिया फेसबुक पेज दिस सोशल मीडिया प्लेटफॉर्म पे लाइव हुए हैं। आज का टॉपिक ऑस्ट्रेलियन वीजाज नू लैके, ना कि सिर्फ स्टूडेंट वीजा बट बाकी वीजाज नू लैके भी एड्रेस करांगे, कुछ अपडेट्स दवांगे, प्लस लास्ट सेमिनार का जो रिजल्ट ओदे रिगार्डिंग अपडेट्स ते अपकमिंग सेमिनार्स जिहड़े साडे आ रहे ओदे बारे इनफॉर्मेशन दवांगे। कुछ क देर वेट करांगे, साडे होर दर्शक साडे नाल जुड़ जान। एक बार फिर दस दिए, टुडेज अपडेट इज रिगार्डिंग ऑस्ट्रेलियन वीजाज, जिवें कि स्टूडेंट वीजा, TR, PR, विजिटर वीजाज, प्लस वर्किंग हॉलीडे वीजाज नूं भी लैके जिहदे रिगार्डिंग कोई अपडेट आए है। बहुत सारी कॉल्स ओदे रिगार्डिंग भी आ रही हैं, ते कोशिश करांगे जिन्ने सवालों के जवाब दिते जा सकन उन्होंने सारे नूं एड्रेस करिए। हाँ जी, शुरू करते हैं जी। मेरा नाम सुमित खन्ना, मैं एक रजिस्टर्ड माइग्रेशन एजेंट, रजिस्टर्ड विद माइग्रेशन एजेंट्स रजिस्टर्ड अथॉरिटी इन ऑस्ट्रेलिया। ओम ग्लोबल ने रीसेंटली इंडिया दे विच सेमिनार कीता सी स्टूडेंट वीजा ते विजिटर वीजा नूं लैके, जिथे साडे मेलबर्न तों टीम आई सी जिन्होंने सेमिनार्स अटेंड कीते सी, ते बहुत सारे स्टूडेंट्स दी या क्लाइंट्स दी इनक्वायरीज डिफरेंट डिफरेंट अटेंड कीतियां सी। ज्यादातर इनक्वायरीज जे आपां देखिए ओह वाले स्टूडेंट सीगे जिन्होंने स्टूडेंट वीजा रिफ्यूजल सीगी जिन्हां दी, प्लस ओह स्टूडेंट सीगे जिहड़े रीसेंटली पास आउट ने, ते प्लस ओह लोग जिहड़े विजिटर वीजा लैके ऑस्ट्रेलिया आना चाहते हैं। एक चीज मैं हमेशा तो कहना आ रहा हूं, ऑस्ट्रेलिया एक एहो जी कंट्री है जे थोड़ी एक बार इतने GTE दे बेसिस ते, जेन्युइन टेंपरेरी एंट्रेंट दे बेसिस ते रिफ्यूजल लगती है, दूसरी बार ऑस्ट्रेलिया दे विच स्टूडेंट वीजा या विजिटर वीजा लेना गेट्स वेरी चैलेंजिंग। ते इहदा मतलब यह है कि जिहड़ी थोड़ी पहली ऑपरचुनिटी है स्टूडेंट वीजा लैण दी, ओह तुसीं किसे ਇਹੋ ਜਿਹੇ ਏਜੰਟ ਤੋਂ ਲਵਾਓ ਜਿਹਦੇ ਕੋਲ ਤੁਹਾਨੂੰ ਭਰੋਸਾ ਹੋਵੇ ਕਿ ਉਹ ਸਟੂਡੈਂਟ ਵੀਜ਼ਾਸ ਕਰਦਾ ਹੈ, ਉਹ ਤੁਹਾਨੂੰ ਵੀਜ਼ਾ ਦਾ ਸਕਸੈਸ ਰੇਟ ਲਿਆ ਕੇ ਦੇ ਸਕਦਾ ਹੈ, ਉਹਨੇ ਵੀਜ਼ਾ ਲਗਵਾਏ ਹੈ, ਐਂਡ ਦੇ ਆਰ ਅਪ ਟੂ ਡੇਟ ਵਿਦ ਦ ਇਨਫੋਰਮੇਸ਼ਨ ਐਸ ਵੈਲ। ਜਿਹੜਾ ਲਾਸਟ ਸੈਮੀਨਾਰ ਹੋਇਆ ਸੀ, ਬਹੁਤ ਹੀ ਜ਼ਿਆਦਾ ਲੋਕ ਸਾਡੇ ਸੈਮੀਨਾਰ ਦੇ ਵਿੱਚ ਵਿਜ਼ਿਟ ਕੀਤੇ, ਜਿਨ੍ਹਾਂ ਦੀ ਇਹ ਮੇਨ ਇਨਕੁਆਇਰੀ ਸੀਗੀ ਕਿ ਉਹਨਾਂ ਨੇ ਵੀਜ਼ਾ ਲਵਾਇਆ ਏਜੰਟ ਦੀ ਗਲਤੀ ਨਾਲ, ਜਾਂ ਕੋਰਸ ਸਿਲੈਕਸ਼ਨ ਨਹੀਂ ਸਹੀ ਸੀਗਾ, ਜਾਂ ਜਿਹੜੀ ਤੁਹਾਡੀ SOP ਜਾਂ GTE ਸਟੇਟਮੈਂਟ, ਜੈਨੂਇਨ ਟੈਂਪਰੇਰੀ ਐਂਟਰੈਂਸ ਸਟੇਟਮੈਂਟ ਤੁਹਾਡੇ ਐਪਲੀਕੇਸ਼ਨ ਦੇ ਨਾਲ ਲੱਗੀ ਸੀਗੀ, ਉਹਦੇ ਵਿੱਚ ਤੁਹਾਡੀ ਡੀਟੇਲਡ ਕੀ ਮਕਸਦ ਸੀਗਾ, ਕਿਉਂ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਸੀ, ਉਹ ਇਨਕਲੂਡ ਨਹੀਂ ਕੀਤਾ ਗਿਆ ਸੀ। ਇਹ ਸਭ ਤੋਂ ਵੱਡਾ ਰੀਜ਼ਨ ਸੀਗਾ ਰਿਫਿਊਜ਼ਲ ਦਾ, ਤੇ ਪਲੱਸ ਰਿਫਿਊਜ਼ਲ ਲੈਟਰਸ ਦੇ ਵਿੱਚ ਵੀ ਇਹਨੂੰ ਪ੍ਰੋਪਰਲੀ ਕੇਸ ਆਫਿਸਰ ਨੇ ਡੀਟੇਲ ਦੇ ਵਿੱਚ ਲਿਖਿਆ ਸੀਗਾ। ਦੇਖੋ, ਸਟੂਡੈਂਟ ਵੀਜ਼ਾ ਨੂੰ ਲੈ ਕੇ ਹਮੇਸ਼ਾ ਤੋਂ ਆਪਾਂ ਇਹ ਕਹਿੰਦੇ ਹਾਂ ਇੱਕ ਜੈਨੂਇਨ ਟੈਂਪਰੇਰੀ ਐਂਟਰੈਂਟ ਦਾ ਕ੍ਰਾਈਟੀਰੀਆ ਸੈਟਿਸਫਾਈ ਕਰਨਾ ਬਹੁਤ ਇੰਪੋਰਟੈਂਟ ਹੈ। ਡਿਪਾਰਟਮੈਂਟ ਨੂੰ ਇਹ ਦਿਖਾਉਣਾ ਕਿ ਇੱਕ ਤੁਸੀਂ ਜੈਨੂਇਨ ਸਟੂਡੈਂਟ ਹੋ, ਆਸਟ੍ਰੇਲੀਆ ਪੜ੍ਹਨ ਆ ਰਹੇ ਹੋ, ਕਿ ਤੁਹਾਡਾ ਮਕਸਦ ਇੱਥੇ ਹਾਇਰ ਐਜੂਕੇਸ਼ਨ ਲਈ ਜਾਂ ਵਧੀਆ ਪੜ੍ਹਾਈ ਲਈ ਆਸਟ੍ਰੇਲੀਆ ਆਉਣਾ, ਕੋਰਸ ਰਿਲੇਵੈਂਸੀ, ਤੁਹਾਡੇ ਫਾਈਨੈਂਸ਼ੀਅਲ, ਤੁਹਾਡੇ ਪਾਸਟ ਅਕੈਡੈਮਿਕਸ, ਤੁਹਾਡੀ ਕੋਰਸ ਸਿਲੈਕਸ਼ਨ, ਤੁਹਾਡੀ ਯੂਨੀਵਰਸਿਟੀ ਜਾਂ ਇੰਸਟੀਟਿਊਟ ਜਿੱਥੇ ਤੁਸੀਂ ਪੜ੍ਹਨ ਜਾ ਰਹੇ ਹੋ, ਇਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਇੱਕ ਅਪਲਾਈ ਕਰਦੇ ਹੋ। ਨਵਾਂ ਟ੍ਰੈਂਡ ਸ਼ੁਰੂ ਹੋਇਆ ਹੈ ਆਸਟ੍ਰੇਲੀਆ ਦੇ ਬਾਰਡਰਸ ਖੁੱਲ੍ਹੇ ਹੋਣ ਕਰਕੇ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜੀ ਆਸਟ੍ਰੇਲੀਆ ਹੁਣ ਬਾਰਡਰ ਖੋਲ੍ਹ ਰਿਹਾ ਹੈ ਅਤੇ ਬਹੁਤ ਸਾਰੇ ਵਿਜ਼ਿਟਰ ਵੀਜ਼ਾ ਮਿਲਣਗੇ। ਅਗੇਨ ਇਹ ਮਿਥ ਹੈ, ਜਦੋਂ ਆਸਟ੍ਰੇਲੀਆ ਨੂੰ ਕੋਈ ਵੀ ਵਿਜ਼ਿਟਰ ਵੀਜ਼ਾ ਦੀ ਵੀ ਐਪਲੀਕੇਸ਼ਨ ਮਿਲਦੀ ਹੈ, ਦੇ ਸਟਿਲ ਗੋ ਥਰੂ ਦ ਰਾਈਟ ਚੈੱਕਸ, GTE ਕ੍ਰਾਈਟੀਰੀਆ ਉਹਦੇ ਵਿੱਚ ਵੀ ਐਪਲੀਕੇਬਲ ਹੁੰਦਾ, ਤਾਂ ਉਹਦੇ ਬੇਸਿਸ 'ਤੇ ਉਹਦਾ ਵੀ ਆਊਟਕਮ ਆਉਂਦਾ। ਜੇ ਤੁਹਾਡੀ ਏਜ ਹਾਈ ਰਿਸਕ ਏਜ ਆਉਂਦੀ, ਜਿਹੜੀ ਕਿ ਕਹਿ ਲਓ 18 ਤੋਂ ਲੈ ਕੇ ਜੇ ਤੁਸੀਂ 40 ਸਾਲ ਦੀ ਏਜ ਦੇ ਵਿੱਚੋਂ ਤੁਸੀਂ ਆਸਟ੍ਰੇਲੀਆ ਘੁੰਮਣ ਆਉਣਾ ਚਾਹੁੰਦੇ ਹੋ ਐਜ਼ ਅ ਵਿਜ਼ਿਟਰ ਵੀਜ਼ਾ, ਦੈਨ ਯੂ ਨੀਡ ਟੂ ਪ੍ਰੋਵਾਈਡ ਦੈਮ ਤੁਹਾਡੇ ਇਕਨੋਮਿਕ ਟਾਈਜ਼ ਕੀ ਨੇ, ਤੁਹਾਡੇ ਪਰਸਨਲ ਟਾਈਜ਼ ਕੀ ਨੇ, ਤੁਹਾਡੇ ਫਾਈਨੈਂਸ਼ੀਅਲ ਟਾਈਜ਼ ਕੀ ਨੇ ਉਸ ਇੰਡੀਆ ਦੇ ਨਾਲ, ਆਪਣੀ ਹੋਮ ਕੰਟਰੀ ਦੇ ਨਾਲ, ਕਿ ਤੁਸੀਂ ਇੱਕ ਵਾਰ ਵੀਜ਼ਾ ਲੈਣ ਤੋਂ ਬਾਅਦ ਵਾਪਸ ਆਪਣੀ ਕੰਟਰੀ ਆਉਂਗੇ। ਇਹ ਸਾਰੀਆਂ ਚੀਜ਼ਾਂ ਇੱਕ ਕੇਸ ਆਫਿਸਰ ਨੇ, ਡਿਪਾਰਟਮੈਂਟ ਨੇ ਐਨਾਲਾਈਜ਼ ਕਰਨੀ, ਉਹਦੇ ਤੋਂ ਬਾਅਦ ਹੀ ਇਹਨਾਂ ਸਿਨਾਰੀਓਜ਼ ਦੇ ਵਿੱਚ ਤੁਹਾਡਾ ਆਊਟਕਮ ਆਉਂਦਾ। ਜੇ ਗੱਲ ਕਰੀਏ ਵਿਜ਼ਿਟਰ ਵੀਜ਼ਾ ਨੂੰ ਲੈ ਕੇ, ਜੇ ਤੁਹਾਡਾ ਇੱਥੇ ਬ੍ਰਦਰ, ਸਿਸਟਰ, ਪੇਰੈਂਟ, ਕੋਈ ਵੀ ਸਿਬਲਿੰਗ ਹੈਗਾ ਜਿਹੜਾ ਤੁਹਾਨੂੰ ਸਪੋਂਸਰ ਕਰ ਸਕਦਾ, ਦੈਨ ਯੈਸ ਯੂ ਹੈਵ, ਤੁਹਾਡੇ ਜ਼ਿਆਦਾ ਚਾਂਸਿਸ ਨੇ ਕਿ ਤੁਹਾਡਾ ਵਿਜ਼ਿਟਰ ਵੀਜ਼ਾ ਆਉਂਦਾ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈ
ਜੇ ਤੁਹਾਡਾ ਬ੍ਰਦਰ ਸਿਸਟਰ ਜਾਂ ਪੇਰੈਂਟਸ ਕੋਈ ਵੀ ਇੱਥੇ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ ਉਹ ਟੈਕਨੀਕਲੀ ਤੁਹਾਨੂੰ ਸਪੋਂਸਰ ਕਰ ਸਕਦੇ ਹੈ ਅਤੇ ਐਜ਼ ਅ ਸਪੋਂਸਰ ਜੇ ਇਨ ਕੇਸ ਡਿਪਾਰਟਮੈਂਟ ਉਸ ਵੀਜ਼ਾ ਨੂੰ ਰਿਫਿਊਜ਼ ਕਰਦਾ ਹੈ ਯੂ ਗੈਟ ਟ੍ਰਾਈਬਿਊਨਲ ਰਾਈਟਸ ਐਟ ਦਾ AAT ਐਸ ਵੈਲ ਵਿਚ ਇਜ਼ ਦੀ ਐਡਮਿਨਿਸਟ੍ਰੇਸ਼ਨ ਅਪੀਲਸ ਟ੍ਰਾਈਬਿਊਨਲ ਅਤੇ ਇਸੇ ਚੀਜ਼ ਨੂੰ ਦੇਖਦੇ ਹਾਂ ਜ਼ਿਆਦਾਤਰ ਕੇਸਿਸ ਦੇ ਵਿੱਚ ਜਿੱਥੇ ਤੁਹਾਡੇ ਸਿਬਲਿੰਗ ਇੱਥੇ PR ਨੇ ਜਾਂ ਸਿਟੀਜ਼ਨ ਨੇ ਉਹਨਾਂ ਨੂੰ ਜ਼ਿਆਦਾ ਚਾਂਸਿਸ ਨੇ ਉਹਨਾਂ ਦੇ ਵਿਜ਼ਿਟਰ ਵੀਜ਼ਾ ਆਉਣ ਦੇ ਫਿਰ ਇੱਕ ਗੱਲ ਕਰੀਏ ਜੀ ਵਰਕਿੰਗ ਹੋਲੀਡੇ ਵੀਜ਼ਾ ਨੂੰ ਲੈ ਕੇ ਬਹੁਤ ਸਾਰੀ ਕਾਲਸ ਜਾਂ ਬਹੁਤ ਸਾਰੀ ਇਨਕੁਆਇਰੀਜ਼ ਇਸ ਰਿਗਾਰਡਿੰਗ ਆ ਰਹੀ ਹੈ ਕਿ ਵਰਕਿੰਗ ਹੋਲੀਡੇ ਵੀਜ਼ਾ ਸ਼ੁਰੂ ਹੋਇਆ ਆਸਟ੍ਰੇਲੀਆ ਦਾ ਅਤੇ ਆਪਾਂ ਕਿੱਦਾਂ ਐਲੀਜੀਬਲ ਬਣ ਸਕਦੇ ਹਾਂ ਵਰਕਿੰਗ ਹੋਲੀਡੇ ਵੀਜ਼ਾ ਆਸਟ੍ਰੇਲੀਆ ਲਈ ਬਹੁਤ ਸਾਲਾਂ ਤੋਂ ਚੱਲਦਾ ਪਿਆ ਕੁਛ ਕੁ ਕੰਟਰੀਆਂ ਵੀ ਸੀਗੀਆਂ ਜਿਹੜੀਆਂ ਉਸ ਵਰਕਿੰਗ ਹੋਲੀਡੇ ਵੀਜ਼ਾ ਦੇ ਅੰਡਰ ਅਪਲਾਈ ਕਰ ਸਕਦੀਆਂ ਜੇ ਤੁਸੀਂ ਉਸ ਕੰਟਰੀ ਦਾ ਪਾਸਪੋਰਟ ਹੋਲਡ ਕਰਦੇ ਹੋ ਰੀਸੈਂਟ ਜੋ ਆਸਟ੍ਰੇਲੀਆ ਇੰਡੀਆ ਦਾ ਫ੍ਰੀ ਟ੍ਰੇਡ ਡੀਲ ਐਗਰੀਮੈਂਟ ਸਾਈਨ ਹੋਇਆ ਉਹਦੇ ਵਿੱਚ ਵਰਕਿੰਗ ਹੋਲੀਡੇ ਵੀਜ਼ਾ ਇੰਡੀਆ ਲਈ ਵੀ ਖੋਲ੍ਹ ਦਿੱਤਾ ਗਿਆ ਬਟ ਉਹਦੇ ਦੋ ਸੱਚ ਇਹ ਵੀ ਨੇ ਕਿ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਹੈ ਉਹ 2 ਸਾਲ ਬਾਅਦ ਐਕਸ਼ਨ 'ਚ ਆਏਗਾ ਰਾਈਟ ਨਾਓ ਹਜੇ ਕੋਈ ਵਰਕਿੰਗ ਹੋਲੀਡੇ ਵੀਜ਼ਾ ਅਵੇਲੇਬਲ ਨਹੀਂ ਹੈ ਇੰਡੀਅਨ ਪਾਸਪੋਰਟ ਹੋਲਡਰਸ ਲਈ ਦੂਸਰੀ ਚੀਜ਼ ਵਰਕਿੰਗ ਹੋਲੀਡੇ ਵੀਜ਼ਾ ਲਈ ਇੰਡੀਆ ਲਈ ਸਿਰਫ 1000 ਸੀਟਸ ਐਲੋਕੇਟ ਹੋਈਆਂ ਪਰ ਈਅਰ ਇੱਕ ਸਾਲ ਦੇ ਵਿੱਚ 1000 ਐਪਲੀਕੈਂਟਸ ਕੈਨ ਅਪਲਾਈ ਫੋਰ ਵਰਕਿੰਗ ਹੋਲੀਡੇ ਵੀਜ਼ਾ ਪਲੱਸ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਹੋਏਗਾ ਜ਼ਿਆਦਾਤਰ ਸਟੈਮ ਓਕੂਪੇਸ਼ਨਸ ਨੂੰ ਲੈ ਕੇ ਦਿੱਤਾ ਜਾਏਗਾ ਅਤੇ ਉਹਦੇ ਵਿੱਚ ਕਈ ਸਾਰੀ ਐਲੀਜੀਬਿਲਿਟੀ ਕ੍ਰਾਈਟੀਰੀਆਜ਼ ਵੀ ਹੋਣਗੇ ਜਿਹਨੂੰ ਮੀਟ ਕਰਨ ਤੋਂ ਬਾਅਦ ਹੀ ਇੱਕ ਐਪਲੀਕੈਂਟ ਜਿਹੜਾ ਹੈਗਾ ਵਰਕਿੰਗ ਹੋਲੀਡੇ ਵੀਜ਼ਾ ਅਪਲਾਈ ਕਰ ਸਕਦਾ ਜੇ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ ਕੋਈ ਵੀ ਏਜੰਟ ਜਾਂ ਕੋਈ ਵੀ ਕਾਉਂਸਲਰ ਜਾਂ ਸਲਾਹਕਾਰ ਤੁਹਾਨੂੰ ਇਹ ਸਲਾਹ ਦੇ ਰਿਹਾ ਕਿ ਤੁਸੀਂ ਹੁਣ ਇਸ ਵੇਲੇ ਇੰਡੀਅਨ ਪਾਸਪੋਰਟ ਹੋਲਡਰ ਵਰਕਿੰਗ ਹੋਲੀਡੇ ਵੀਜ਼ਾ ਅਪਲਾਈ ਕਰ ਸਕਦੇ ਹੋ ਦੈਟ ਇਜ਼ ਕੰਪਲੀਟਲੀ ਰੋਂਗ ਇਨਫੋਰਮੇਸ਼ਨ ਅਤੇ ਇੱਦਾਂ ਦੀ ਇਨਫੋਰਮੇਸ਼ਨ ਤੋਂ ਜ਼ਰੂਰ ਬਚੋ ਤੋ ਫੋਰ ਦਾ ਟਾਈਮ ਬਿੰਗ ਦੇ ਇਜ਼ ਨਥਿੰਗ ਟੂ ਵਰੀ ਅਬਾਊਟ ਵਰਕਿੰਗ ਹੋਲੀਡੇ ਵੀਜ਼ਾ ਜਿਹੜਾ ਕਿ 2 ਸਾਲ ਬਾਅਦ ਐਕਸ਼ਨ 'ਚ ਆਏਗਾ ਅਤੇ ਨਾ ਹੀ ਡਿਪਾਰਟਮੈਂਟ ਇਸ ਵੇਲੇ ਇਸ ਵੀਜ਼ਾ ਕੈਟੇਗਰੀ ਦੇ ਵਿੱਚ ਇੰਡੀਅਨ ਐਪਲੀਕੈਂਟਸ ਦੀ ਐਪਲੀਕੇਸ਼ਨ ਅਕਸੈਪਟ ਕਰ ਰਹੀ ਹੈ ਦੂਸਰੀ ਚੀਜ਼ ਨੂੰ ਲੈ ਕੇ ਚੱਲੀਏ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਕੋਰਸ ਸਿਲੈਕਸ਼ਨ ਦੀ ਆਸਟ੍ਰੇਲੀਆ ਦੇ ਵਿੱਚ ਕਿਹੜੇ ਕੋਰਸ ਦੇ ਵਿੱਚ ਆਉਣਾ ਚਾਹੀਦਾ ਜਾਂ ਕਿਹਦੇ ਵਿੱਚ ਅੱਗੇ ਜਾ ਕੇ PR ਪਾਥਵੇਜ਼ ਬਣਦੇ ਆ ਦੋ ਅਹਿਮ ਚੀਜ਼ਾਂ ਜਾਣਨੀਆਂ ਬਹੁਤ ਇੰਪੋਰਟੈਂਟ ਹੈ ਪਹਿਲੀ ਗੱਲ ਜਦੋਂ ਤੁਸੀਂ ਕੋਰਸ ਸਿਲੈਕਟ ਕਰਦੇ ਹੋ ਕੋਰਸ ਸਿਲੈਕਸ਼ਨ ਤੁਹਾਡੀ ਪਾਸਟ ਪੜ੍ਹਾਈ ਨੂੰ ਲੈ ਕੇ ਤੁਹਾਡੀ ਪਾਸਟ ਜੋ ਅਕੈਡੈਮਿਕ ਸੀਗੇ ਤੁਹਾਡੀ +2 ਹੋਵੇ ਜਾਂ ਬੈਚਲਰਸ ਜਾਂ ਮਾਸਟਰਸ ਜੋ ਵੀ ਤੁਸੀਂ ਪਾਸਟ ਦੇ ਵਿੱਚ ਕੀਤਾ ਉਹਦੇ ਨਾਲ ਰੈਲੇਵੈਂਟ ਹੋਣੀ ਚਾਹੀਦੀ ਬਿਕੋਜ਼ ਪਹਿਲਾ ਮਕਸਦ ਤੁਹਾਡਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੈਣਾ ਹੈ ਉਹਦੇ ਤੋਂ ਬਾਅਦ ਤੁਹਾਡਾ ਸੈਕੰਡਰੀ ਮਕਸਦ ਇਹ ਹੈ ਕਿ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੈ ਜੇ ਸਟੂਡੈਂਟ ਵੀਜ਼ਾ ਨਹੀਂ ਲੱਗੇਗਾ ਪਰਮਾਨੈਂਟ ਰੈਜ਼ੀਡੈਂਸੀ ਦਾ ਤੁਹਾਡਾ ਕੋਈ ਪਾਥਵੇ ਨਹੀਂ ਬਣੇਗਾ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਇੱਕ ਪਲੈਨਿੰਗ ਦੇ ਅਕੋਰਡਿੰਗਲੀ ਚੱਲਦੀ ਹੈ ਪਲੈਨਿੰਗ ਤੁਹਾਡੀ ਪੜ੍ਹਾਈ ਕਰਦੀ ਹੈ ਜਿਹੜੀ ਤੁਸੀਂ ਪੜ੍ਹਾਈ ਕਰਦੇ ਹੋ ਉਹ ਤੋਂ ਤੁਹਾਨੂੰ ਸਕਿੱਲ ਮਿਲਦਾ ਆਸਟ੍ਰੇਲੀਆ ਕਹਿੰਦੀ ਹੈ ਜੀ ਆਸਟ੍ਰੇਲੀਆ ਨੇ ਇੱਕ ਆਪਣੀ ਸਕਿੱਲ ਲਿਸਟ ਬਣਾਈ ਹੋਈ ਹੈ ਉਹ ਸਕਿੱਲ ਲਿਸਟ ਦੇ ਅਕੋਰਡਿੰਗਲੀ ਕੁਛ ਪਰਟੀਕੁਲਰ ਸਕਿੱਲਸ ਨੇ ਜਿਹੜੇ ਹਾਈ ਇਨ ਡਿਮਾਂਡ ਨੇ ਜਿਨ੍ਹਾਂ ਦੀ ਆਸਟ੍ਰੇਲੀਆ ਦੇ ਵਿੱਚ ਘਾਟ ਹੈ ਤਾਂ ਉਹ ਬਾਕੀ ਕੰਟਰੀਜ਼ ਤੋਂ ਜਾਂ ਬਾਕੀ ਸਟੂਡੈਂਟਸ ਤੋਂ ਸਕਿੱਲ ਦੀ ਭਰਪਾਈ ਹੁੰਦੀ ਹੈ ਫੋਰ ਐਗਜ਼ਾਮਪਲ ਇੰਡੀਆ ਆਸਟ੍ਰੇਲੀਆ ਨੂੰ ਕਾਰਪੈਂਟਰਸ ਦੀ ਲੋੜ ਹੈ IT ਪ੍ਰੋਫੈਸ਼ਨਲਸ ਦੀ ਲੋੜ ਹੈ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ ਦੀ ਲੋੜ ਹੈਗੀ ਹੈ ਨਰਸਿਸ ਦੀ ਲੋੜ ਹੈ ਅਤੇ ਜਿਹੜਾ ਤੁਹਾਡੀ ਪੜ੍ਹਾਈ ਹੈ ਜਿਹੜੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਕਰਦੇ ਹੋ ਤੁਹਾਨੂੰ ਇੱਕ ਸਕਿੱਲ ਪਾਥਵੇ ਵੱਲ ਲੈ ਕੇ ਜਾਂਦੀ ਉਹ ਬਹੁਤ ਇੰਪੋਰਟੈਂਟ ਹੈ ਕਿ ਤੁਹਾਡਾ ਸਕਿੱਲ ਕਿਹੜਾ ਹੈ ਦੂਸਰੀ ਅਹਿਮ ਚੀਜ਼ ਤੁਸੀਂ ਇਹ ਜਿਹੜੀ ਪੜ੍ਹਾਈ ਕਰਦੇ ਹੋ ਕਿੱਥੇ ਕਰ ਰਹੇ ਹੋ ਇੱਕ ਮੈਟਰੋ 'ਚ ਕਰ ਰਹੇ ਹੋ ਮੈਟਰੋਪੋਲੀਟਨ ਸ਼ਹਿਰ 'ਚ ਕਰ ਰਹੇ ਹੋ ਜਿਹੜਾ ਕਿ ਮੈਲਬਰਨ ਸਿਡਨੀ ਬ੍ਰਿਸਬੇਨ ਜਾਂ ਕਿਸੇ ਰੀਜਨਲ 'ਚ ਕਰ ਰਹੇ ਹੋ ਜੋ ਤੁਸੀਂ ਰੀਜਨਲ ਦੇ ਕਿਸੇ ਇੰਸਟੀਟਿਊਟ 'ਚ ਪੜ੍ਹਾਈ ਕਰਦੇ ਹੋ ਤੁਹਾਨੂੰ ਐਕਸਟਰਾ ਪੁਆਇੰਟਸ ਮਿਲਦੇ ਆ ਆਪਣੇ PR ਲਈ ਜਦੋਂ ਤੁਸੀਂ ਅੱਗੇ ਜਾ ਕੇ ਪੁਆਇੰਟਸ ਕਲੇਮ ਕਰਦੇ ਹੋ ਪਲੱਸ ਬਹੁਤ ਸਾਰੇ ਸਿਨਾਰੀਓਜ਼ ਦੇ ਵਿੱਚ ਜੇ ਤੁਸੀਂ ਮਾਸਟਰਸ ਲੈਵਲ ਦੀ ਪੜ੍ਹਾਈ ਕਰਦੇ ਹੋ ਤੁਹਾਡਾ ਵਰਕ ਪਰਮਿਟ 4 ਸਾਲ ਤੱਕ ਦਾ ਮਿਲਦਾ ਹੈ 2 ਸਾਲ ਦੀ ਪੜ੍ਹਾਈ 4 ਸਾਲ ਦਾ ਵਰਕ ਪਰਮਿਟ ਡਿਪੈਂਡਿੰਗ ਤੁਸੀਂ ਆਪਣੀ ਪੜ੍ਹਾਈ ਕਿਹੜੇ ਇੰਸਟੀਟਿਊਟ ਕਿਹੜੇ ਰੀਜਨ ਦੇ ਵਿੱਚ ਕੀਤੀ ਹੈ ਅਤੇ ਕਿਹੜੇ ਲੈਵਲ 'ਤੇ ਪੜ੍ਹਾਈ ਕੀਤੀ ਹੈ
ਪੀਆਰ ਦਾ ਪਾਥਵੇ ਮੈਂ ਹਮੇਸ਼ਾ ਸਾਰੇ ਕਲਾਇੰਟਸ ਨੂੰ ਇਹੀ ਕਹਿੰਦਾ, ਤੁਸੀਂ 2022 ਦੇ ਵਿੱਚ ਰਹਿ ਕੇ 2026 ਦੇ ਵਿੱਚ ਕੀ ਹੋਣਾ ਯੂ ਡੋਂਟ ਨੋ। ਇਹਦੇ ਵਿੱਚ ਬਹੁਤ ਸਾਰੇ ਰੂਲਸ ਚੇਂਜ ਹੋਣੇ, ਬਟ ਫੋਰ ਦ ਟਾਈਮ ਬੀਂਗ ਇਹ ਸਟੈਪ ਬਾਏ ਸਟੈਪ ਪ੍ਰੋਸੈਸ ਚੱਲਦਾ, ਜਿਹਦੇ ਵਿੱਚ ਅਗੇਨ ਪਹਿਲਾ ਅਹਿਮ ਮਕਸਦ ਇਹ ਹੈ ਕਿ ਤੁਹਾਡਾ ਸਟੂਡੈਂਟ ਵੀਜ਼ਾ ਲੈਣਾ, ਜਿਹੜਾ ਕਿ ਤੁਹਾਡੀ ਪੜ੍ਹਾਈ ਦੀ ਰੈਲੇਵੈਂਸੀ, ਤੁਹਾਡਾ GTE ਕ੍ਰਾਈਟੇਰੀਆ ਮੀਟ ਕਰਨਾ, ਤੇ ਪਲੱਸ ਕਿਹੜੇ ਇੰਸਟੀਟਿਊਟ 'ਚ ਤੁਸੀਂ ਪੜ੍ਹਨ ਜਾ ਰਹੇ ਹੋ ਉਹ ਦੇਖਣਾ ਬਹੁਤ ਹੀ ਇੰਪੋਰਟੈਂਟ ਹੈ। ਦੂਸਰੀ ਚੀਜ਼ ਦੀ ਗੱਲ ਕਰੀਏ ਜੀ, ਕਿਹੜੇ ਕੋਰਸਿਸ ਨੇ PR ਲਿਸਟ ਦੇ ਵਿੱਚ ਆਉਂਦੇ ਹੈ। ਜੇ ਕੋਰਸਿਸ ਦੀ ਵੀ ਗੱਲ ਕਰੀਏ, ਸਭ ਤੋਂ ਜ਼ਿਆਦਾ ਆਸਟ੍ਰੇਲੀਆ ਨੇ ਇੱਕ PMSOL ਲਿਸਟ ਕ੍ਰੀਏਟ ਕੀਤੀ ਸੀ, ਜਿਹਨੂੰ ਕਿਹਾ ਜਾਂਦਾ ਜੀ ਪ੍ਰਾਇਰਟੀ ਮਾਈਗ੍ਰੇਸ਼ਨ ਸਕਿਲਡ ਆਕੂਪੇਸ਼ਨ ਲਿਸਟ। ਉਹਦੇ ਚ ਕੁਛ ਕੁ ਆਕੂਪੇਸ਼ਨ ਸੀਗੀਆਂ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਾਇਰਟੀ ਮਾਈਗ੍ਰੇਸ਼ਨ ਦੇ ਬੇਸਿਸ ਤੇ PR ਦਿੱਤੀ ਹੈ। ਉਹਨਾਂ ਦੇ ਵਿੱਚ ਨਰਸ, ਰਜਿਸਟਰਡ ਨਰਸ, ਨਰਸ ਵੀ ਬਹੁਤ ਸਾਰੇ ਟਾਈਪ ਦੀ ਹੁੰਦੀ, ਡਿਪੈਂਡਿੰਗ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਹੈ ਐਜ਼ ਅ ਰਜਿਸਟਰਡ ਨਰਸ ਕਿਹੜੀ ਕੈਟੇਗਰੀ ਦੇ ਵਿੱਚ ਹੈ, ਕਿਸੇ ਏਜਡ ਕੇਅਰ ਦੇ ਵਿੱਚ ਹੈ, ਕਿਸੇ ਹਸਪੀਟਲ ਦੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਹੈ, ਜਾਂ ਕਿਹੜੀ ਫੀਲਡ ਦੇ ਵਿੱਚ ਤੁਸੀਂ ਐਜ਼ ਅ ਨਰਸ ਕੰਮ ਕਰਦੇ ਹੋ। ਸ਼ੈਫ, ਸ਼ੈਫ ਇੱਕ ਕੁੱਕ ਦੀ ਪੜ੍ਹਾਈ ਜਿਹੜਾ ਕਰਦਾ, ਜਿਹਨੂੰ ਕੀ ਕਹਿ ਲਓ ਇੱਥੇ ਕਮਰਸ਼ੀਅਲ ਕੁੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਜੋ ਤੁਸੀਂ ਸ਼ੈਫ ਬਣਦੇ ਹੋ ਉਹਨੂੰ ਵੀ ਪ੍ਰਾਇਰਟੀ ਮਾਈਗ੍ਰੇਸ਼ਨ ਸਕਿੱਲ ਆਕੂਪੇਸ਼ਨ ਲਿਸਟ ਦੇ ਅੰਡਰ ਪਾਇਆ ਗਿਆ। ਈਵਨ ਦੋ ਮਿਥ ਹੈ ਕਿ ਬਹੁਤ ਸਾਰੇ ਸਟੂਡੈਂਟਸ ਇੱਥੇ ਆ ਕੇ ਕੁੱਕਰੀ ਦੀ ਪੜ੍ਹਾਈ ਕਰਦੇ, ਬਟ ਐਂਡ ਆਫ ਦਾ ਡੇ ਸ਼ੈਫ ਦੀ ਜਿਹੜੀ ਰਿਕੁਆਇਰਮੈਂਟ ਹੈ ਜਾਂ ਜਿਹੜੀ ਘਾਟ ਹੈ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਹੀ ਰਹਿਣੀ ਹੈ। ਜੇ ਹਮੇਸ਼ਾ ਹੀ ਰਹਿੰਦੀ ਹੈ ਤਾਂ ਉਹਦੇ ਵਿੱਚ PR ਓਪਰਚੁਨਿਟੀਜ਼ ਵੀ ਤੁਹਾਡੀ ਬਹੁਤ ਜ਼ਿਆਦਾ ਨੇ, ਤੇ ਇਸ ਤਰ੍ਹਾਂ ਡਿਪੈਂਡ ਕਰਦਾ ਤੁਸੀਂ ਕਿਹੜੇ ਸਕਿੱਲ ਦੇ ਅੰਡਰ ਆਉਂਦੇ ਹੋ ਤੇ ਉਸ ਸਕਿੱਲ ਦਾ ਕੀ ਡਿਮਾਂਡ ਹੈ ਆਸਟ੍ਰੇਲੀਆ ਦੇ ਵਿੱਚ, ਕੀ ਰਿਕੁਆਇਰਮੈਂਟ ਹੈ, ਕੀ PR ਪਾਥਵੇ ਬਣਦਾ ਹੈ। ਇਹ ਵੀ ਚੀਜ਼ ਦੇਖਣੀ ਬਹੁਤ ਇੰਪੋਰਟੈਂਟ ਹੈ ਕਿ ਜਿਹੜੇ ਲੈਵਲ ਦੀ ਸਟੱਡੀਜ਼ ਤੁਸੀਂ ਕਰਦੇ ਹੋ। ਬਹੁਤ ਸਾਰੇ ਸਟੂਡੈਂਟਸ ਆਪਣਾ ਡਿਪਲੋਮਾ ਕਰਨ ਤੋਂ ਬਾਅਦ, ਬੈਚਲਰਸ ਕਰਨ ਤੋਂ ਬਾਅਦ ਸੈਕਿੰਡ ਬੈਚਲਰਸ ਲਈ ਜਾਣਾ ਚਾਹੁੰਦਾ ਆਸਟ੍ਰੇਲੀਆ ਦੇ ਵਿੱਚ, ਵੇਅਰ ਐਸ ਜੇ ਆਪਾਂ ਸਟੂਡੈਂਟ ਵੀਜ਼ਾ ਫਰੇਮਵਰਕ ਦੇਖੀਏ, ਤੁਸੀਂ ਹਾਇਰ ਐਜੂਕੇਸ਼ਨ ਲਈ ਜਾਂ ਫਰਦਰ ਐਜੂਕੇਸ਼ਨ ਲਈ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਦੇ ਹੋ ਤਾਂ ਉਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਜੇ ਤੁਸੀਂ ਬੈਚਲਰਸ ਕੀਤੀ ਹੈ ਤੁਸੀਂ ਰੈਲੇਵੈਂਟ ਮਾਸਟਰਸ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰੋ, ਨਾ ਕਿ ਸੇਮ ਬੈਚਲਰਸ ਦੇ ਵਿੱਚ। ਫਿਰ ਇੱਕ ਬਹੁਤ ਅਹਿਮ ਸਵਾਲ ਪੁੱਛਿਆ ਜਾਂਦਾ ਕਿ ਭਾਜੀ ਮੈਂ ਮੈਰਿਡ ਹੈ, ਕਿੰਨੀ ਪੁਰਾਣੀ ਮੈਰਿਜ ਚਾਹੀਦੀ ਹੈ, ਜਾਂ ਆਪਾਂ ਹਸਬੈਂਡ ਐਂਡ ਸਪਾਊਸ ਇਕੱਠੇ ਜਾ ਸਕਦੇ ਹੋ? ਬਿਲਕੁਲ ਜਾ ਸਕਦੇ ਹੋ। ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਕੋਈ ਵੀ ਹਸਬੈਂਡ ਤੇ ਐਜ਼ ਅ ਸਪਾਊਸ ਜਾਂ ਐਜ਼ ਅ ਕੰਬਾਈਂਡ ਵੀਜ਼ਾ ਤੇ ਕੋਈ ਵੀ ਰੋਕ ਨਹੀਂ ਲਗਾਈ। ਜੇ ਬਹੁਤ ਸਾਰੇ ਏਜੰਟਸ ਤੁਹਾਨੂੰ ਇਹ ਸਲਾਹ ਦਿੰਦੇ ਆ ਕਿ ਤੁਸੀਂ ਇੱਕ ਇੰਡੀਵਿਜੁਅਲ ਵੀਜ਼ਾ ਲਗਾਓ ਤੇ ਜਦੋਂ ਤੁਹਾਡਾ ਸਪਾਊਸ ਆਸਟ੍ਰੇਲੀਆ ਪਹੁੰਚ ਜਾਂਦਾ ਉਹਦੇ ਤੋਂ ਬਾਅਦ ਤੁਸੀਂ ਡਿਪੈਂਡੈਂਟ ਵੀਜ਼ਾ ਅਪਲਾਈ ਕਰੋ। ਇਹ ਡੈਫੀਨੇਟਲੀ ਪੋਸੀਬਲ ਹੈ, ਬਟ ਰੀਸੈਂਟ ਵੀਜ਼ਾ ਗ੍ਰਾਂਟਸ ਜਾਂ ਰਿਫਿਊਜ਼ਲਸ ਨੂੰ ਲੈ ਕੇ ਚੱਲੀਏ ਜਾਂ ਆਊਟਕਮਸ ਨੂੰ ਲੈ ਕੇ ਚੱਲੀਏ, ਇੱਕ ਸਪਾਊਸ ਦਾ ਵੀਜ਼ਾ ਜਾਂ ਕਹਿ ਲਓ ਸਟੂਡੈਂਟ ਡਿਪੈਂਡੈਂਟ ਦਾ ਜਦੋਂ ਇੰਡੀਵਿਜੁਅਲ ਵੀਜ਼ਾ ਲੱਗਦਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ, ਉਹਦੇ ਵਿੱਚ ਸਕਸੈਸ ਰੇਟ ਬਹੁਤ ਹੀ ਘੱਟ ਹੈ। ਤੇ ਇਸ ਲਈ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਵੀ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਜਾਂ ਐਡਮਿਸ਼ਨ ਲੈ ਰਹੇ ਹੋ, ਜਸਟ ਮੇਕ ਸ਼ੋਰ ਯੂ ਡਿਕਲੇਅਰ ਕਿ ਤੁਸੀਂ ਐਜ਼ ਅ ਸਪਾਊਸ ਵੀਜ਼ਾ ਅਪਲਾਈ ਕਰਨ ਲੱਗੋ, ਤਾਂ ਕਿ ਤੁਹਾਡੇ ਵੀਜ਼ਾ ਚਾਂਸਿਸ ਵਧਣ, ਤੇ ਪਲੱਸ ਜਦੋਂ ਵੀ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤੁਸੀਂ ਆਪਣੇ ਸਪਾਊਸ ਦੇ ਨਾਲ ਆਓ, ਨਾ ਕਿ ਤੁਹਾਡਾ ਸਪਾਊਸ ਤੁਹਾਡੇ ਤੋਂ 3 ਸਾਲ ਬਾਅਦ ਜਾਂ 4 ਸਾਲ ਬਾਅਦ ਆਸਟ੍ਰੇਲੀਆ ਦੇ ਵਿੱਚ ਆਏ। ਬਹੁਤ ਸਾਰੇ ਕਲਾਇੰਟਸ ਆਪਾਂ ਦੇਖਦੇ ਹਾਂ ਜਿਹੜੇ 2018 ਜਾਂ 19 ਦੇ ਆਏ ਹੋਏ ਹੈ, ਬਟ ਬਿਕੋਜ਼ ਦੇ ਡੋਂਟ ਹੈਵ ਦੇ ਸਪਾਊਸ ਵਿਦ ਦੈਮ, ਉਹਨਾਂ ਲਈ ਇੱਕ ਸਟਰਗਲ ਬਣ ਜਾਂਦਾ ਉਹਨਾਂ ਨੂੰ ਸਮਝਾਉਣਾ ਕਿ ਕਿਉਂ ਉਹਨਾਂ ਦਾ ਵੀਜ਼ਾ ਨਹੀਂ ਲੱਗ ਰਿਹਾ। ਠੀਕ ਹੈ ਜੀ, ਦੇਖੋ ਬਹੁਤ ਗੱਲਾਂ ਕਰਨੀਆਂ ਚਾਹੀਏ ਸਟੂਡੈਂਟ ਵੀਜ਼ਾ ਬਾਰੇ, ਡੀਟੇਲਡ ਇਨਫੋਰਮੇਸ਼ਨ ਹੈ ਜਿਹੜੀ ਦਿੱਤੀ ਜਾ ਸਕਦੀ ਹੈ ਡਿਪੈਂਡਿੰਗ ਕੀ ਤੁਹਾਡੇ ਕੁਐਸਚਨਸ ਨੇ। ਜੇ ਤੁਸੀਂ ਸਾਡੇ ਕੋਲ ਇਹ ਸਵਾਲ ਲੈ ਕੇ ਆ ਰਹੇ ਹੋ ਕਿ ਭਾਜੀ ਵੀਜ਼ਾ ਲੱਗ ਜਾਏਗਾ ਨਹੀਂ ਲੱਗੇਗਾ, ਇਹਦਾ ਹਾਂ ਜਾਂ ਨਾ ਦੇ ਵਿੱਚ ਕੋਈ ਜਵਾਬ ਨਹੀਂ ਹੈਗਾ, ਕੋਈ ਖਰਾ ਕੰਸਲਟੈਂਟ ਤੁਹਾਨੂੰ ਇਹਦਾ ਜਵਾਬ ਨਹੀਂ ਦੇਵੇਗਾ, ਹਾਂ ਜਾਂ ਨਾ, ਜਾਂ ਰੱਬ ਕਹਿ ਸਕਦਾ ਜਾਂ ਠੱਗ ਕਹਿ ਸਕਦਾ। ਤਾਂ ਉਹਦੇ ਲਈ ਸਿੰਪਲ ਜਿਹਾ ਆਂਸਰ ਇਹ ਹੈ ਬੇਸਡ ਔਨ ਕਿ ਤੁਹਾਡੇ ਕੀ ਐਕਾਡੈਮਿਕਸ ਨੇ, ਤੁਹਾਡੀ ਕੀ ਪ੍ਰੋਫਾਈਲ ਹੈ, ਤੁਹਾਡੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਕੀ ਹੈਗੀ ਹੈ, ਤੁਹਾਡੇ ਫਾਈਨੈਂਸ਼ੀਅਲਸ ਕੀ ਹੈ, ਤੁਹਾਡੇ ਆਸਟ੍ਰੇਲੀਆ ਇੰਡੀਆ ਦੇ ਵਿੱਚ ਕੀ ਟਾਈਜ਼ ਨੇ, ਤੇ ਕਿਹੜੀ ਯੂਨੀਵਰਸਿਟੀ ਕਿਹੜੇ ਕੋਰਸ ਦੇ ਵਿੱਚ ਤੁਸੀਂ ਪੜ੍ਹਨ ਜਾ ਰਹੇ ਹੋ, ਉਹਦੇ 'ਤੇ ਤੁਹਾਡਾ ਵੀਜ਼ਾ ਆਊਟਕਮ ਬਣਦਾ ਹੈ। ਤੇ ਇਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਚੰਗਾ ਸਲਾਹਕਾਰ
ਉਹ ਸਲਾਹਕਾਰ ਜਿਹੜਾ ਤੁਹਾਨੂੰ ਸਹੀ ਰਸਤੇ ਪਾਵੇ। ਵੀਜ਼ਾ ਅਪਲਾਈ ਕਰਨ ਨੂੰ ਇਟ ਓਨਲੀ ਟੇਕਸ ਅਬਾਊਟ 10 ਮਿੰਟਸ। ਮੈਂ ਹਮੇਸ਼ਾ ਇਹ ਚੀਜ਼ ਕਹਿਣਾ ਆ ਰਿਹਾ, ਤੁਹਾਡਾ ਮੋਟਿਵ ਸਿਰਫ ਵੀਜ਼ਾ ਅਪਲਾਈ ਕਰਨਾ ਨਹੀਂ ਹੈ, ਤੁਹਾਡਾ ਮੋਟਿਵ ਵੀਜ਼ਾ ਲੈ ਕੇ ਆਉਣਾ ਹੈ। ਤੁਹਾਡਾ ਮੋਟਿਵ ਉਹ ਕੰਸਲਟੈਂਟ ਲੱਭਣਾ ਨਹੀਂ ਹੈ ਜਿਹੜਾ ਮਾਰਕੀਟ ਦੇ ਵਿੱਚ ਸਭ ਤੋਂ ਸਸਤਾ ਹੈ ਤੇ 15-20 ਹਜ਼ਾਰ ਲੈ ਕੇ ਤੁਹਾਡਾ ਵੀਜ਼ਾ ਅਪਲਾਈ ਕਰ ਰਿਹਾ। ਜੇ ਉਹ 15-20 ਹਜ਼ਾਰ ਦੇ ਕੇ ਤੁਹਾਨੂੰ ਇੱਕ ਰਿਫਿਊਜ਼ਲ ਲੈ ਰਹੇ, ਇਹਦਾ ਮਤਲਬ ਤੁਸੀਂ ਉਹ ਪੈਸੇ ਦੇ ਕੇ ਰਿਫਿਊਜ਼ਲ ਖਰੀਦ ਰਹੇ ਹੋ, ਤੁਸੀਂ ਵੀਜ਼ਾ ਨਹੀਂ ਲੈ ਰਹੇ। ਬਹੁਤ ਸਾਰੇ ਸਟੂਡੈਂਟਸ ਜਾਂ ਕਲਾਇੰਟ ਸਾਡੇ ਕੋਲ ਲਾਸਟ ਸੈਮੀਨਾਰ ਦੇ ਵਿੱਚ ਜਿਹਨਾਂ ਅਪਰੋਚ ਕੀਤੇ, ਜਿਹੜੇ ਮਿਲਣ ਆਏ, ਉਹ ਸੀਗੇ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ ਹੋਇਆ ਇੱਕ ਵਾਰ। ਠੀਕ ਹੈ, ਲਾਸਟ ਟਾਈਮ ਉਹਨਾਂ ਨੂੰ ਕੰਸਲਟੈਂਟ ਨੇ ਜੋ ਵੀ 5 ਲੱਖ 10 ਲੱਖ ਚਾਰਜ ਕੀਤਾ, ਤੇ ਉਹਦੇ ਵਿੱਚ ਵੀ ਉਹਨਾਂ ਦਾ ਕੋਈ ਵੀਜ਼ਾ ਆਊਟਕਮ ਨਹੀਂ ਆਇਆ। ਉਹ ਇਹੋ ਜਿਹੇ ਕਲਾਇੰਟ ਨੇ ਜਿਹੜੇ ਕਹਿੰਦੇ ਕਿ ਭਾਜੀ 20 ਲੱਖ ਲੈ ਲਓ, 25 ਲੈ ਲਓ, 30 ਲੈ ਲਓ, ਸਾਨੂੰ ਵੀਜ਼ਾ ਲਗਾ ਦਿਓ। ਠੀਕ ਹੈ, ਬਟ ਉਹ ਜਿਹੜੀ ਮੇਨ ਓਪਰਚੁਨਿਟੀ, ਪ੍ਰਾਈਮ ਓਪਰਚੁਨਿਟੀ ਸੀ ਤੁਹਾਡਾ ਵੀਜ਼ਾ ਲੈਣ ਵਾਲੀ, ਉਦੋਂ ਤੁਹਾਡੇ ਕੰਸਲਟੈਂਟ ਨੇ ਆਪਣੇ ਕੁਛ 10-20 ਹਜ਼ਾਰ ਦੇ ਪ੍ਰੋਫਿਟ ਲਈ ਰਿਫਿਊਜ਼ਲ ਲਗਾ ਕੇ ਦੇ ਦਿੱਤੀ। ਠੀਕ ਹੈ, ਤੇ ਇਸ ਲਈ ਉਹ ਕੰਸਲਟੈਂਟ ਚੂਜ਼ ਕਰੋ, ਚਾਹੇ 10 ਕੰਸਲਟੈਂਟਸ ਕੋਲ। ਅੱਜ ਕੱਲ੍ਹ ਸੋਸ਼ਲ ਮੀਡੀਆ ਪਲੇਟਫਾਰਮ ਸੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਅਵੇਲੇਬਲ ਹੈ। ਜੇ ਇਨਫੋਰਮੇਸ਼ਨ ਅਵੇਲੇਬਲ ਹੈ, ਇਟ ਡਜ਼ ਨਾਟ ਮੀਨ ਕਿ ਤੁਸੀਂ ਆਪਣੇ ਆਪ ਉਸ ਇਨਫੋਰਮੇਸ਼ਨ ਨੂੰ ਗ੍ਰਾਸਪ ਕਰਕੇ ਜਾਂ ਜਿਹੜਾ ਚੰਗਾ ਕੈਮਰੇ ਸਾਹਮਣੇ ਬੋਲਦਾ ਉਹਦੇ ਥਰੂ ਤੁਸੀਂ ਵੀਜ਼ਾ ਲਵਾ ਸਕਦੇ ਹੋ। ਇਹ ਰਿਸਰਚ ਕਰਨੀ ਜਾਂ ਇਹਦਾ ਰਿਸਪੋਂਸੀਬਿਲਿਟੀ ਐਂਡ ਆਫ ਦ ਡੇ ਤੁਹਾਡੇ 'ਤੇ ਆਉਂਦੀ ਹੈ, ਤੁਹਾਡੇ 'ਤੇ ਆਉਂਦਾ ਕਿ ਕਿਹੜੇ ਏਜੰਟ ਦੇ ਹੱਥ ਤੁਸੀਂ ਆਪਣੀ ਐਪਲੀਕੇਸ਼ਨ ਦਿਓ। ਜਿਹੜਾ ਇਸ ਇਹਨਾਂ ਵੀਜ਼ਾਜ਼ ਦੇ ਵਿੱਚ ਮਾਹਿਰ ਹੈ, ਇਹਨਾਂ ਵੀਜ਼ਾਜ਼ ਲਈ ਐਕਸਪੀਰੀਅੰਸ ਹੈ, ਨਾ ਕਿ ਉਹ ਏਜੰਟ ਜਿਹੜਾ ਕਿ ਤੁਹਾਨੂੰ ਕਹਿੰਦਾ ਹੋਵੇ ਜੀ ਵਰਕਿੰਗ ਹੋਲੀਡੇ ਵੀਜ਼ਾ ਖੁੱਲ ਗਿਆ, ਆਪਾਂ ਤੁਹਾਨੂੰ ਉਹ ਲਵਾ ਕੇ ਦਿੰਦੇ, ਜਿਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਇਹ ਵੀਜ਼ਾਜ਼ ਕਦੋਂ ਖੁੱਲਣੇ ਆ। ਦੇਖੋ, ਓਮ ਗਲੋਬਲ ਆਸਟ੍ਰੇਲੀਆ ਨੂੰ ਲੈ ਕੇ ਸੈਮੀਨਾਰਸ ਕਰਨ ਜਾ ਰਹੀ ਹੈ ਇੰਡੀਆ ਦੇ ਵਿੱਚ, ਜਿਹੜਾ ਕਿ 9, 10, 11 ਮਈ ਨੂੰ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਦੇ ਵਿੱਚ ਹੋਣ ਜਾ ਰਿਹਾ। ਤੇ ਇਸ ਵਾਰ ਸੈਮੀਨਾਰ ਦੇ ਵਿੱਚ ਬੇਸਡ ਔਨ ਕਿ ਜਿੰਨੀ ਲਾਸਟ ਟਾਈਮ ਇਨਕੁਆਇਰੀ ਜਾਂ ਡਿਮਾਂਡ ਜਨਰੇਟ ਹੋਈ ਹੈ ਆਸਟ੍ਰੇਲੀਆ ਨੂੰ ਲੈ ਕੇ, ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ, PR, ਵਿਜ਼ਿਟਰ ਵੀਜ਼ਾ, ਬਹੁਤ ਸਾਰੇ ਵੀਜ਼ਾਸ ਨੂੰ ਲੈ ਕੇ ਜੋ ਡਿਮਾਂਡ ਜਨਰੇਟ ਹੋਈ ਹੈ, ਉਹਦੇ ਕਰਕੇ ਮੈਂ ਪਰਸਨਲੀ ਇਹ ਸੈਮੀਨਾਰਸ ਅਟੈਂਡ ਕਰਨ ਆ ਰਿਹਾ, ਜਿਹੜਾ ਕਿ 9, 10, 11 ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਿਹਾ। ਤੁਸੀਂ ਆਸਟ੍ਰੇਲੀਆ ਆਉਣਾ ਚਾਹੁੰਦੇ ਹੋ, ਤੁਹਾਡਾ ਰਿਸ਼ਤੇਦਾਰ ਆਸਟ੍ਰੇਲੀਆ ਹੈ, ਜਾਂ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ, PR, TR, ਕਿਸੇ ਵੀ ਵੀਜ਼ਾ ਨੂੰ ਲੈ ਕੇ, ਜਾਂ ਤੁਸੀਂ ਉਹ ਸਟੂਡੈਂਟ ਹੋ ਜਿਨ੍ਹਾਂ ਨੇ ਇੱਕ ਟਾਈਮ 'ਤੇ ਆਸਟ੍ਰੇਲੀਆ ਪੜ੍ਹਾਈ ਕੀਤੀ ਹੈ ਬਟ ਵਾਪਿਸ ਚਲੇ ਗਏ ਪੈਂਡੈਮਿਕ ਦੇ ਵਿੱਚ, ਉਹਦੇ ਤੋਂ ਬਾਅਦ ਆਸਟ੍ਰੇਲੀਆ ਨਹੀਂ ਆ ਪਾਏ, ਜੇ ਆਸਟ੍ਰੇਲੀਆ ਤੁਹਾਡੀ ਡੈਸਟੀਨੇਸ਼ਨ ਹੈ, ਡ੍ਰੀਮ ਡੈਸਟੀਨੇਸ਼ਨ ਹੈ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਤੁਸੀਂ ਇੱਕ ਵਾਰ ਸਾਨੂੰ ਇਸ ਸੈਮੀਨਾਰ 'ਚ ਆ ਕੇ ਮਿਲ ਸਕਦੇ ਹੋ। ਹੋ ਸਕਦਾ ਇਹੀ ਓਪਰਚੁਨਿਟੀ ਹੈ ਤੁਹਾਡੇ ਕੋਲ ਆਸਟ੍ਰੇਲੀਆ ਦੀ ਆਪਸ਼ਨਸ ਦੇਖਣ ਲਈ ਕਿ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਬਣ ਸਕਦਾ ਕਿ ਨਹੀਂ ਬਣ ਸਕਦਾ। ਜਿਹੜੇ ਵੀ ਤੁਹਾਡੇ ਸਵਾਲ ਹੈ, ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਅਪੋਇੰਟਮੈਂਟ ਲੈ ਕੇ ਸਾਨੂੰ ਮਿਲਣਾ ਉਹ ਸੈਮੀਨਾਰ 'ਤੇ, ਬਿਕੋਜ਼ ਡਿਮਾਂਡ ਬਹੁਤ ਜ਼ਿਆਦਾ ਹੋਣ ਕਰਕੇ ਹਰ ਕਲਾਇੰਟ ਨੂੰ ਨਹੀਂ ਮਿਲ ਪਾਇਆ ਜਾਏਗਾ, ਬਟ ਕੋਸ਼ਿਸ਼ ਰਹੇਗੀ ਜਿੰਨੇ ਜ਼ਿਆਦਾ ਲੋਕਾਂ ਨੂੰ ਮਿਲਿਆ ਜਾਵੇ, ਤਾਂ ਕਿ ਉਹਨਾਂ ਦੀ ਜਿੰਨੀ ਇਨਕੁਆਇਰੀਜ਼ ਹੈ ਆਸਟ੍ਰੇਲੀਅਨ ਵੀਜ਼ਾਸ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਆਸਟ੍ਰੇਲੀਆ ਨੂੰ ਲੈ ਕੇ, ਉਹਨਾਂ ਸਾਰਿਆਂ ਦੇ ਜਵਾਬ ਦਿੱਤੇ ਜਾਣ। ਇਜਾਜ਼ਤ ਚਾਹੁੰਦੇ ਹਾਂ ਜੀ ਅੱਜ ਤੋਂ, ਤੇ ਜੇ ਕੋਈ ਵੀ ਤੁਹਾਡੇ ਸਵਾਲ ਹੈ ਤੁਸੀਂ ਇਸ ਲਾਈਵ ਦੇ ਥੱਲੇ ਵੀ ਛੱਡ ਸਕਦੇ ਹੋ, ਤੇ ਕੋਸ਼ਿਸ਼ ਕਰਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਧੰਨਵਾਦ।